ਸ਼੍ਰੀ ਰਮੇਸ਼ ਕੁਮਾਰ ਖੰਨਾ ਸਮਾਜ ਦੇ ਅਜਿਹੇ ਇਨਸਾਨਾਂ ਵਿੱਚੋਂ ਸਨ ਜਿਹੜੇ ਹਮੇਸ਼ਾ ਹੀ ਦੁਨੀਆਂ ਦੇ ਦਿਲਾਂ ਵਿੱਚ ਵਸਦੇ ਰਹਿੰਦੇ ਹਨ, ਚਾਹੇ ਆਪ ਇਸ ਸੰਸਾਰ ਵਿੱਚ ਰਹਿਣ ਚਾਹੇ ਇਸ ਸੰਸਾਰ ਤੋਂ ਚਲੇ ਜਾਣ। ਆਪ ਜੀ ਬਹੁਤ ਹੀ ਨੇਕ ਦਿਲ ਇਨਸਾਨ ਸਨ ਅਤੇ ਹਰ ਸਮੇਂ ਲੋੜਵੰਦਾਂ ਦੀ ਸਹਾਇਤਾ ਲਈ ਤਤਪਰ ਰਹਿੰਦੇ ਸਨ। ਆਪ ਜੀ ਬਹੁਤ ਹੀ ਮਿਹਨਤੀ ਸਨ ਅਤੇ ਆਪ ਜੀ ਨੇ ਆਪਣੀ ਅਣਥੱਕ ਮਿਹਨਤ ਸਦਕਾ ਆਪਣੇ ਕਾਰੋਬਾਰ ਵਿੱਚ ਉੱਨਤੀ ਹਾਸਿਲ ਕੀਤੀ ਅਤੇ ਖੂਬ ਨਾਮਣਾ ਖੱਟਿਆ। ਮੌਜੂਦਾ ਸਮੇਂ ਵਿੱਚ ਆਪ ਜੀ ਦੇ ਨਕਸ਼ੇ ਕਦਮਾਂ ਤੇ ਆਪ ਜੀ ਦਾ ਸਮੁੱਚਾ ਪਰਿਵਾਰ ਚੱਲ ਰਿਹਾ ਹੈ ਅਤੇ ਆਪ ਜੀ ਦੇ ਨਾਮ ਨੂੰ ਉੱਚਿਆਂ ਚੁੱਕ ਰਿਹਾ ਹੈ। ਆਪ ਜੀ ਦੇ ਬੱਚੇ ਬਹੁਤ ਹੀ ਨੇਕ ਹਨ, ਸੰਸਕਾਰੀ ਹਨ ਅਤੇ ਆਪੋ ਆਪਣੇ ਖੇਤਰਾਂ ਵਿੱਚ ਨਾਮਣਾ ਖੱਟ ਕੇ ਆਪਣੇ ਪਿਤਾ ਜੀ ਦੇ ਨਾਮ ਨੂੰ ਉੱਚਿਆਂ ਚੁੱਕ ਰਹੇ ਹਨ। ਸ਼੍ਰੀ ਰਮੇਸ਼ ਖੰਨਾ ਹੁਣਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਮਹਾਲਕਸ਼ਮੀ ਮੰਦਿਰ ਜੇਲ ਰੋਡ ਜਲੰਧਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਪੰਡਿਤ ਜੀ ਵੱਲੋਂ ਜੀਵਨ ਅਤੇ ਮੌਤ ਦੀਆਂ ਸੱਚਾਈਆਂ ਬਾਰੇ ਚਾਨਣਾ ਪਾਇਆ ਅਤੇ ਸਭ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਦਰਸਾਏ ਮਾਰਗ ਤੇ ਚੱਲਣ ਦੀ ਸਿੱਖਿਆ ਦਿੱਤੀ। ਸੁਖ ਕੀ ਘਾਲ ਮੇਰਾ ਨਾਮ ਸੁਖ।
इस मौके वड्डी गिनती विच उच्च सख्शेता ने शिरकत कीती अते कुछ सख्शेता वल्लों उन्हां नूं शरदा दे फुल पेंट कीते। इस मौके परिवारिक मैंबरां वल्लों आईयां होईयां समूह सख्शेता दा अते समूह संगतां दा तहे दिल तों धन्नवाद कीता गया। ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਪਿਆਰ ਹੀ ਪਾਇਆ, ਪਿਆਰ ਹੀ ਬਣਿਆ। ਅੱਜ ਦੀ ਹਾਜ਼ਰੀ ਇਸੇ ਗੱਲ ਦੇ ਸਬੂਤ ਕਿ ਜਿਹੜਾ ਵੀ ਉਹਨਾਂ ਦੇ ਸੰਪਰਕ 'ਚ ਆਇਆ ਉਹਨਾਂ ਦਾ ਹੀ ਹੋ ਕੇ ਰਹਿੰਦਾ ਹੈ। ਲੱਖ ਚਾਹਾਂ ਮਗਰ ਉੱਠ ਨਾ ਸਕਾ, ਤੇਰੀ ਮਹਿਫਿਲ ਮੁਝੇ ਬਾਹਰ ਰੱਖਦਾ। ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਆਪਣੀ ਔਲਾਦ ਨੂੰ ਅੱਛੇ ਸੰਸਕਾਰ ਦਿੱਤੇ, ਪੜ੍ਹਾਇਆ ਲਿਖਾਇਆ, ਨੇਕ ਬਣਾਇਆ। ਔਰ ਉਸੇ ਸੰਸਕਾਰਾਂ ਦਾ ਸਦਕਾ ਹੈ ਕਿ ਬੇਟਾ ਨਿਖਿਲ ਖੰਨਾ ਪਰਿਵਾਰ ਦਾ ਨਾਮ ਹੈ। ਸਥਾਨ ਬੇਟੀ ਪਿਤਾ ਸ਼੍ਰੀ ਦੇ ਦਿੱਤੇ ਹੋਏ ਸੰਸਕਾਰਾਂ ਦੀ ਖੁਸ਼ਬੂ ਸਸੁਰਾਲ ਕਰਦਾ ਹੈ। ਕਹਿੰਦੇ ਕਿ ਅੱਛੇ ਮਾਲੀ ਦੀ ਪਛਾਣ ਉਸਦੀ ਫੁਲਵਾੜੀ ਤੋਂ ਹੁੰਦੀ ਹੈ। ਜੋ ਬੁਲੰਦ ਰੰਗੇ ਹੋਣ, ਖੁਸ਼ਬੂਦਾਰ ਹੋਣ ਤਾਂ ਵਿਅਕਤੀ ਅੰਦਾਜ਼ਾ ਲਗਾ ਲੈਂਦਾ ਹੈ ਕਿ ਇਸ ਬਾਤ ਦਾ ਮਾਲੀ ਬਹੁਤ ਸਿਆਣਾ ਹੈ। ਔਰ ਵਿਅਕਤੀ ਦੀ ਪਛਾਣ ਉਸਦੀ ਔਲਾਦ ਤੋਂ ਹੁੰਦੀ ਹੈ। ਹੋਵੇ ਸਮਾਜ ਰੁਤਬਾ ਹੋਵੇ ਤਾਂ ਜੀਵਨ ਸਫਲ ਹੋ ਜਾਂਦਾ। ਇਸ ਦੇ ਆਧਾਰ ਰਮੇਸ਼ ਜੀ ਸਫਲ ਜੀਵਨ ਜੀ। ਮੁਕੇਸ਼ ਜੀ ਦੇ ਅੱਗੇ ਦੁੱਖ ਅਸਹਿ ਹੈ, ਅਕਹਿ ਪੈਦਾ ਲਈ ਅਸਹਿ ਹੈ, ਅਕਹਿ। ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਆਪਣੇ ਭਾਈ ਨੂੰ ਵੀ ਖੋਇਆ ਲੜੇ। ਲੇਕਿਨ ਜਿਸ ਢੰਗ ਦੇ ਨਾਲ ਸੇਵਾ ਕੀਤੀ ਹੈ ਪਰਿਵਾਰ ਨੇ, ਧਰਮ ਪਤਨੀ ਨੇ, ਭਾਈਆਂ ਨੇ, ਬਹਿਣਾਂ ਨੇ, ਬੇਟੇ ਨੇ, ਦੋਹਾਂ ਨੇ, ਉਹ ਵੀ ਆਪਣੇ ਆਪ ਹੀ ਮਿਸਾਲ। ਮੈਂ ਜ਼ਿਆਦਾ ਨਾ ਕਹਿੰਦਾ ਹੋਇਆ ਆਪਣੇ ਵੱਲੋਂ ਮੇਰੇ ਇਹਨਾਂ ਦੇ ਪਰਿਵਾਰ ਦੇ ਨਾਲ ਪਰਿਵਾਰਿਕ ਸੰਬੰਧ ਹਨ। ਆਪਣੇ ਵੱਲੋਂ ਭਾਰਤੀ ਜਨਤਾ ਪਾਰਟੀ ਵੱਲੋਂ ਸ਼ਰਧਾ ਸਮੂਹ ਭੇਟ ਕਰਦਾ ਹੈ। ਪਰਮਪਿਤਾ ਪਰਮਾਤਮਾ ਦੇ ਅਰਦਾਸ ਕਰਦਾ, ਇਸ ਪੁੰਨੇ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ, ਪਰਿਵਾਰ ਨੂੰ ਪਾਣਾ ਬੰਨਣ ਦਾ ਫਲ ਬਖਸ਼ਣਾ। ਔਰ ਜਿਹੜੀ ਫੁਲਵਾੜੀ ਔਲਾਦ ਰੂਪ 'ਚ ਲਗਾ ਰਹੇ ਔਰ ਸਦਾ ਹਰੀ ਭਰੀ ਰਹੇ, ਗੁਜ਼ਰੋ ਜੋ ਬਾਤ ਸੇ ਤੋ ਦੁਆ ਮਾਨ ਕੇ ਚਲੋ, ਜਿਸ ਪੇ ਖਿਲੇ ਨਾ ਫੁੱਲ ਉਹ ਡਾਲੀ ਹਰੀ ਰਹੇ। ਖੁਸ਼ੀ ਵੰਡਿਆ ਵੱਡਦੀ ਹੈ, ਦੁੱਖ ਵੰਡਿਆ ਘਟਦਾ ਹੈ। ਤੁਸੀਂ ਸਾਰੇ ਖਾਣਾ ਪਰਿਵਾਰ ਨਾਲ ਦੁੱਖ ਵਟਾ ਰਹੇ ਹੋ। ਤੁਹਾਡਾ ਸਾਰਿਆਂ ਦਾ